नमस्कार, तुस दिक्खा दे हो ग्रिज वर्चुअल ते मैं पंकज खजूरिया। डोगरी भाशा गी अग्गें बधाने ताईं सरकार दी बक्खी दा स्टैप ले गए न, जेह्दे च राजकीय भाशा ऑफिशियल भाशा जेह्ड़ी ऐ, पैह्लें साढ़ियां दो होंदियां, हून जेह्ड़ी ऐ डोगरी भी इक राजकीय भाशा च शामिल होई ऐ, और इसदे अलावा टोटल पंज भाशा न। और न्यू एजुकेशन पॉलिसी, नमीं जेह्ड़ी शिक्षा दी पॉलिसी आई है, ओह्दे विच भी आखेआ गया कि मातृ बोली जेह्ड़ी भी है, चाहे कश्मीरी है, डोगरी है, पंजाबी है, गुजराती है, ओह्दे उप्पर ज़्यादा तवज्जो जेह्ड़ा देना चाहिदा। ओह इसी चीज़ गी अग्गें बधाने चाहिए, जेह्ड़े डोगरी दे स्कॉलर न जां डोगरी दे एक्टिविस्ट न जां डोगरी उप्पर जेह्ड़े भी चेचे लोग कम्म करदे न, ओह अग्गें हून बधिया आ दे न और डोगरी अग्गें बधाने दी कोशिश कर रहे हैं। मेरे कन्नै अज्ज जिस शख्सियत कन्नै मैं तुसें मिलान जा रहा, ओह डॉक्टर सुषमा राणी जी होर न, और उन्हें इसदे कोलों पैह्लें जेहड़ियां न 9 कताबां लिखी दियां डोगरी च, और अज्ज इंदी जेहड़ी 10वीं किताब है गुंजल प्लेस, डोगरी शब्द है ओह जेहड़ा है ओह अज्ज रिलीज़ कीती। केह शायद जानने दी कोशिश करगे, लेकिन टाइटल जेहड़ा है बड़ा रोचक है, गुंजल ते प्लेस। मैम सारे कोलों पैह्लें ग्रिज जम्मू तुहानूं स्वागत है जी। नमस्कार, तुसें मती मती मुबारकां तुंदी, अज्ज 10वीं किताब रिलीज़ हुई जी। शुक्रिया। गुंजल प्लेस, जियां मैं आखिया टाइटल बड़ा रोचक है, जरूर जानना चाहूँ कि गुंजल प्लेस कैली और केह सोचिए टाइटल रखे गया, तो केह मतलब है? नहीं बड़ा तो नहीं मैं सोचा हा, पर गुंजल प्लेस का सारे कोला पहले मैं तुम्हें अर्थ दसा। गुंजल का मतलब उलझन, उलझे दे, ते प्लेस मतलब पलच पे दे, उलझे दे, लगभग मीनिंग सेम सेम है। गुंजल प्लेस में इस करिए रखिया कि जिसलै कविता लिख कविता संग्रह लिखने की मैं शुरुआत की ही, तो आखिर तकर ये लगभग लगभग नहीं पूरी कुंजा किता कविता न, तो उनके जोड़े विषय न वो अलग अलग न, लगभग ये 15-20 विषय जोड़े न बक बक लैते गए हैं। तो इन्हें विषय की जिसलै अस दिखने तो रोज़ की घर की खिंज भी आती है, जड़ा समाज अहीं दिंदा स्ट्रैस दिंदा वह भी बिच होंदा, जां होर भी जिहड़ियां बड़े चाली दे जिहड़ियां स्ट्रैसफुल लाइफ है जिहड़ी ਉਹ ਜਿਹੜੀ ਉਹ ਸਾਹਮਣਾ ਆਉਂਦੀ ਹੈ। ਗੁੰਜਲ ਪਲੇਸ ਦਾ ਮਤਲਬ ਹੈ ਸਟ੍ਰੈਸਫੁਲ ਜੀ ਜੀ ਬਿਲਕੁਲ। ਤੋ ਉਹ ਡੋਗਰੀ ਸਮਾਜ ਦੇਖੀਏ ਬਣਾ ਲਿਖਦਾ ਜਾਂ ਇੰਨੇ ਜਨਰਲੀ ਆਈਡੀਆ ਕਿਥੋਂ ਆਇਆ ਗੁੰਜਲ ਪਲੇਸ ਉੱਪਰ ਲਿਖਣਾ? ਨਹੀਂ ਇਹ ਕਿ ਡੋਗਰੀ ਦਾ ਟਿਪੀਕਲ ਸ਼ਬਦ ਹੈ ਗੁੰਜਲ, ਤੇ ਕਈ ਵਾਰੀ ਅਸ ਘਰ ਵੀ ਬੈਠੇ ਦੇ ਹੁੰਦੇ ਆ, ਕੰਮ ਕਰਾ ਦੇ ਹੁੰਦੇ ਆ ਜਾਂ ਲਿਖਾ ਦੇ ਹੁੰਦੇ ਆ, ਤੇ ਉਹ ਐਸਾ ਦਿਮਾਗ 'ਚ ਇੰਨਾ ਸਟ੍ਰੈਸ ਪਾਉਂਦਾ ਤਾਂ ਸਟ੍ਰੈਸ ਜੁਸੀ ਆ ਜਾਏ, ਸਟ੍ਰੈਸਫੁਲ ਲਾਈਫ, ਤੇ ਡੋਗਰੀ 'ਚ ਤੁਸੀਂ ਅਸ ਗੁੰਜਲ ਆਖਦੇ ਆ। ਅੱਛਾ, ਕੋਈ ਦੋ ਬੋਲ ਸੁਣਾਈ ਦਿਓ ਜਿਹੜੇ ਕਵਿਤਾ ਦੇ। ਕਵਿਤਾ ਦੇ ਬੋਲ ਮੈਂ ਤੁਸੀਂ ਸੁਣਾਉਂਦੀ ਹਾਂ। ਤੇਰੀ ਗੋਦਾ 'ਚ ਇਹ ਮੈਂ ਉਸਲੇ ਜਿਸਲੇ ਕਵਿਤਾ ਲਿਖਾ ਦੀ ਅਤੇ ਉਸਲੇ ਮੇਰੀ ਮਾਂ ਗੇ ਮੇਰੇ ਸਾਹਮਣੇ ਹੀ ਆ। ਕਦੇ ਕੁਤੇ ਜਿਸਲੇ ਜ਼ਿੰਦਗੀ ਨੀਰਸ ਲੱਗਦੀ ਹੈ ਤਾਂ ਤੂੰ ਆਈ ਰੱਖਣੀ ਹੈ ਹੱਥ ਮੇਰੇ ਸਿਰਾਂ ਪਰ। ਉਸਲੇ ਖਿਲਰੀ ਦੀਆਂ ਕਾਤਰਾਂ ਝੱਟ ਜੁੜਨ ਲੱਗੀ ਪਾਉਂਦੀਆਂ ਹਨ ਆਪਣੇ ਆਪ ਗਏ ਮੇਰੇ ਦੁੱਖੇ ਦੀ ਨੇਰੀ ਕਾਲੀ ਰਾਤ ਬੱਲੇ ਬੱਲੇ ਸਲਣ ਲੱਗੀ ਪਾਉਂਦੀ ਹੈ ਆਪਣਾ ਕਾਲਾ ਬਿਸਤਰਾ ਅਤੇ ਫੀ ਬੱਲੇ ਬੱਲੇ ਪਸਣ ਲੱਗੀ ਪਾਉਂਦਾ ਹੈ ਦੁੱਧ ਚਿੱਟੀ ਚਾਨਣੀ ਲਈਏ ਕੰਨੇ ਇਰਖੀ ਚੇਤੇ ਦੇ ਪਟਾਰੂ ਲਈਏ ਉਸਲੇ ਪਲ ਪਰ ਲਈ ਆਉਂ ਭੁੱਲੀ ਜਾਨੀ ਹਾਂ ਸਾਰੇ ਦੁੱਖ ਕਸਾਲੇ ਅਤੇ ਸੇ ਲੈਂਦੀ ਹਾਂ ਤੇਰੀ ਗੋਦਾ 'ਚ ਗੂੜੀ ਨੀਂਦਰਾ। ਬੜਾ ਇੰਝ ਲੱਗਾ ਤੁਹਾਨੂੰ ਬੜਾ ਗੰਭੀਰ ਰੂਪ 'ਚ ਵਿਚਾਰ ਕਰੀਏ ਕਵਿਤਾ ਲਿਖੀ ਦੀ? ਨਹੀਂ ਵਿਚਾਰ ਤਾਂ ਨਹੀਂ ਕੀਤੇ ਦਾ, ਪਰ ਮਾਂ ਦਾ ਪਿਆਰ ਤੁਸੀਂ ਸਮਝ ਸਕਦੇ ਹੋ ਕਿ ਮਾਂ ਦਾ ਮੁਕਾਬਲਾ ਕੋਈ ਹੈ ਨਹੀਂ ਹੈ, ਉਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ, ਅਤੇ ਮੇਰੀ ਮਾਂ ਨਹੀਂ ਹੈ। ਅਤੇ ਜਿਸਲੇ ਲਈ ਮਸਾਂ ਮਤਲਬ 2 ਸਾਲ ਹੋਇਆ ਹੁਣੇ ਗਏ ਦੇ, ਅਤੇ ਇਹ ਮੇਰੇ ਮਨ 'ਚ ਵਿਚਾਰ ਆਏ ਅਤੇ ਬਸ। ਅੱਛਾ, ਡੋਗਰੀ ਦੀ ਵੋਕੈਬਲਰੀ ਜਿੰਨੀਆਂ ਗੁੰਜਲ ਪਲੇਸ ਮੈਂ ਪੁੱਛਾਂ ਤੁਸੀਂ, ਸਾਨੂੰ ਤਾਂ ਫਿਰ ਪਤਾ, ਬੜੇ ਸਾਰੇ ਲੋਕਾਂ ਨੂੰ ਪਤਾ ਨਹੀਂ ਵੋਕੈਬਲਰੀ ਜਿਹੜੀ ਖਤਮ ਹੋਈ ਜਾ ਰਹੀ ਹੈ ਉਹਦੀ। ਔਰ ਕਿ ਲੋਕਾਂ ਬੱਚੇ ਜਿਹੜੇ ਉਹ ਵੱਡੇ ਬੱਚੇ ਕਹਿੰਦਾ ਡੋਗਰੀ ਬੋਲਣੀ ਚਾਹੀਦੀ, ਅਤੇ ਬੱਚੇ ਵੀ ਕੋਸ਼ਿਸ਼ ਕਰਨੀ ਚਾਹੀਦੀਆਂ ਡੋਗਰੀ ਦੀਆਂ ਕਿਤਾਬਾਂ ਪੜ੍ਹੋ, ਅਤੇ ਇਹ ਸਾਰੀ ਵੋਕੈਬਲਰੀ ਕੋਈ ਬੜੀ ਨਹੀਂ ਹੈ, ਅਤੇ ਵੋਕੈਬਲਰੀ ਸਾਡੇ ਸਾਰੇ ਆਮ ਲੋਕਾਂ 'ਚ ਹੈ। ਸਾਡੇ ਦਿਨਚਾਰੇ 'ਚ ਸਾਰਾ ਸਿਸਟਮ ਹੈ ਨਹੀਂ ਨਾ ਕਿ ਜਿੱਥੇ ਸਾਰੀ ਚੀਜ਼ਾਂ ਅਸੀਂ ਡੋਗਰੀ 'ਚ ਕਰਦੇ ਹਾਂ, ਜੇ ਉਹ ਹੈ ਤਾਂ ਵੋਕੈਬਲਰੀ ਤਾਂ ਵਧੀ ਸਕਦੀ। ਹਾਂ ਹੈ ਗ੍ਰਾਂਏ 'ਚ ਹੈ, ਪਰ ਸ਼ਹਿਰਾਂ 'ਚ ਇਹ ਜਿਹੜਾ ਅੱਜ ਕੱਲ੍ਹ ਗ੍ਰਾਂਏ 'ਚ ਵੀ ਘੱਟਦਾ ਜਾ ਕਰਦਾ, ਪਰ ਅਸੀਂ ਵੱਡੇ ਹੀ ਇਹ ਚਾਹੀਦਾ ਕਿ ਜਿਹਨਾਂ ਲੋਕਾਂ ਨੂੰ ਡੋਗਰੀ ਆਉਂਦੀ ਹੈ ਉਹ ਸਾਰੇ ਕੰਨੇ ਡੋਗਰੀ। ਸ਼ੁਰੂਆਤ ਕਰਾਂ, ਮੈਂ ਆਖਿਆ ਨਿਊ ਐਜੂਕੇਸ਼ਨ ਪਾਲਿਸੀ ਦਾ ਜ਼ਿਕਰ ਕੀਤਾ, ਸਰਕਾਰ ਦਾ ਡਿਸੀਜ਼ਨ ਜਿਹਦੇ 'ਚ ਡੋਗਰੀ ਜਿਹੜਾ ਆਫਿਸ਼ੀਅਲ ਲੈਂਗੁਏਜ, ਇਹ ਕਿੱਡਾ ਵੱਡਾ ਡਿਸੀਜ਼ਨ ਸਮਝਦੇ, ਉਹਦੇ ਬਾਵਜੂਦ ਵੀ ਲੋਕ ਕਿਉਂ ਨਹੀਂ ਇੰਟਰਸਟ ਲੈ ਰਹੇ ਕਿ ਇੱਕ ਦੋ ਸਟੈਪ ਦੀ ਜ਼ਰੂਰਤ? ਇਹ ਬਹੁਤ ਵੱਡਾ ਡਿਸੀਜ਼ਨ ਹੈ ਗੌਰਮੈਂਟ ਦਾ, ਜਿਹੜੀਆਂ ਰੀਜਨਲ ਲੈਂਗੁਏਜਿਸ ਨੇ ਉਹਨੇ ਪ੍ਰਮੋਟ ਕਰਨ ਦਾ। ਅਗਰ ਅਸੀਂ ਇੱਕਦਮ ਇਹ ਆਖਚੇ ਕਿ ਚਮਤਕਾਰ ਕੋਈ ਆ ਉਹ ਹੀ ਆਓ, ਉਹ ਤਾਂ ਹੋਣਾ ਨਹੀਂ ਹੈ, ਇਹਦਾ ਰਿਜ਼ਲਟ ਆਗ ਟਾਈਮ ਲੱਗਣਾ, ਪਰ ਇਹਦਾ ਰਿਜ਼ਲਟ ਜ਼ਰੂਰ ਆਗ। ਔਰ ਮੈਂ ਕੀ ਕਿ ਸਕੂਲ ਐਜੂਕੇਸ਼ਨ 'ਚ ਪੜ੍ਹਾਉਣੀ ਹਾਂ, ਮੈਂ ਦੇਖਾਂ ਦੀਆਂ ਰਿਜ਼ਲਟ ਇਹਦਾ ਆਦ। ਅੱਜ ਤਾਂ ਲੋਕ ਇਹ ਸਮਝਦੇ ਡੋਗਰੀ ਕਿ ਪੜ੍ਹਨੀ ਹੈ, ਇੰਨੀਆਂ ਕੁ ਸਮਝਦੇ, ਅੱਜ ਡੋਗਰੀ ਲੋਕ ਬੜੇ ਇੱਜ਼ਤ ਮਾਣ ਕਰਨਾ ਦਿਖਾ ਦੇਣ,
ते मी लगदा कि आने वाला टाइम जड़ा वो डोगरी आस्ते बड़ा अच्छा होग। अच्छा, किताबां तुसीं लिखी दियां ना, दसवीं किताब है, किन्ना जरूरी है किताबां लिखना भी, क्योंकि वोकैबुलरी अगर लभदी है तो किताबें च हुंदी है, किन्ना जरूरी है भी? बड़ा जरूरी है, क्योंकि किताबां गै साढ़ा वह सरमाया जेहड़े आने वाले टाइम आस्ते भी रह सकदियां। और जेहड़ा अज अस कल्चर जियां अगर मैं ते क्योंकि मैं कल्चर उपर ज्यादा गल करनी आ, क्योंकि अगर अस डोगरा कल्चर की गल करचै तो वह दिन दिन उहदे कोल अस दूर होंदे जा करदे आ। एक किताबां न जिहड़ियां उसी समेटियां रखगन ते आने वाली पीढ़ी की पता लगोग कि साढ़ा जेहड़ा असली पंछान के ही, साढ़ा असली कल्चर के है। डोगरी भाषा ही अग्गे बधा दी है, लोग दिखा हुण किताबां भी लिखन लग पए न, लेकिन वह एक जिहड़ा होना चाहिए लोगों बिच विचार कि डोगरी अगे बधाना वो घट लभदा। मैं थोड़े सहमत हाँ कि जिस प्रकार का एक जज्बा होना चाहिए, साढ़े जम्मू च वो जज्बा अज ते तैयार नहीं है। इस खातर पब्लिक गी, समाज गी, सोसाइटी गी और जम्मू दे लोकें गी, जम्मू दे डोगरें गी, सारे गी इस प्रकार जागृत करने पौग। इनेंगी अगर पूरी तरह जागृत किया जाए तो सारा यानी कि समस्या का समाधान हो सकता, लेकिन बड़ा हारा देर का जिस प्रकार का क्रश होएगा, खत्म हो करता, संस्कृति खत्म हो करती यानी कि खत्म हुई है। मैं सोचूंगा अभी 20% को ज़्यादा यानी कि संस्कृति बची देनी है, इसकी द्वारा यानी कि 100% तक ले जाना टाइम लगेगा, लेकिन समाज पूरा अवेयर हो। केवल यानी कि एक गल चले करती है कि सत्ता यानी कि ये पूरे सहभागी होनी चाहिए, सत्ता का सहयोग मिलना चाहिए, सत्ता ने करवाना चाहिए। जिक्र किया न्यू एजुकेशन पॉलिसी का, सत्ता कन्नै संबंधित है न्यू जो ऑफिशियल लैंग्वेज आई नवी। देखो ये जी ऑफिशियल लैंग्वेज ने ना खासकर जम्मू चाहे बनी नहीं सकी, इसी बनना चाहिए। हाँ, सरकार ने तो करी उड़िया अपने, सरकार ने केवल मात्र पेपर माध्यम कर किया, उसे इंप्लीमेंट करने की कोशिश करना, इंप्लीमेंट नहीं हुई है। जिस प्रकार इंप्लीमेंट नहीं होग फिर तो हर जगह यानी कि पढ़ाई जाग, हर जगह बोली जाग, हर जगह अज भी तुस चली जाओ ऑफिस च, क्या ऑफिस यानी कि डोगरी कोई लैंग्वेज है उत्थे कोई मिला करती है? इस खातर केवल मात्र पेपरें यानी कि पास करने छोड़ो, लोग घर नहीं बोलते अजकल। मैं उ चीज़ आखा वह कारण है, जो आखने घर नहीं बोलते, कारण है कि लोग अपने बच्चे की केवल मात्र कंपीटिशन वाली पैठा दे भेजा करते हैं कि बच्चा यानी कि उत्कृष्ट हो या अगर बधी सकता, कुछ यानी कंपीटिशन झेली सकता, और कंपीटिशन कहता है केवल अपने जीवन तक, वो अच्छा पढ़ग, पढ़ने के बाद डॉक्टर बनग, इंजीनियर बनग, CA बनग, और कोई अच्छी यानी कि उपाधि IAS IPS। डोगरी फील्ड में भी उन कंपीटिशन क्रिएट करने पर बिल्कुल डोगरी लैंग्वेज अगर उस यानी कि पेपर देने का मौका मिलेग तो लोग डोगरी भी पढ़ेंगे। आज तक डोगरी की उसे किता नहीं है, उसकी जोर पड़ गए, अस सत्ता की भी आगे कि इस चीज़ की इंप्लीमेंट करवाने की कोशिश करो, ताकि लोग अगर ऑफिशियल लैंग्वेज है तो ऑफिशियल लैंग्वेज ये भी एग्जाम लो, UPSC वाले यानी कि SC चलैन, SSB वाले चलैन, लंघन दे पब्लिक यानी कि हर बच्चा यानी कि डोगरी पढ़िए तैयार होगा तो डोगरी बच्चे एग्जाम देग। मैं सोचना कि अज बोलना और लिखना डोगरी सारे को मुश्किल है, शायद इंग्लिश हिंदी को भी बिल्कुल बिल्कुल सारे को मुश्किल होता है। इस खाते उसकी दोबारा रिवाइव करना, उसकी वापस ले आना टाइम लग, लेकिन ऐसा है कोशिश करने पाओ। अच्छा, जी किताब विमोचन हुई और क्या आगे उन्हें कितना जरूरी है किताब विमोचन करना भी, तो केड्डा वड्डा स्टेप है। देखो हर एक आदमी लेखक नहीं हो सकता, हर एक दी यानी कि रचना अपने हिसाब की होंगी, और मैं अज दी सुषमा राणी होरें यानी कि मुबारकबाद दें कि खासकर उन्हें एक किताब एक लिखी है, दसवीं किताब है उनकी ये, और डोगरी च लिखा करदियां ने, और कविता का संग्रह है, और उन्हें उस कविता विच समाज की कुरीतियों के बारे च काफ़ी जियां धी के बारे च दसे गया, फिर अपने पहाड़ें के अपनी संस्कृति के बारे दसया जा, अपने परिवार जिस प्रकार का भी कल्चर होया उसकी दसया जा, बराइयों के पैठे दसया जा, वो सारियाँ दूर करने की कोशिश की। मैं सोचूंगा अगर इस प्रकार की किताबा आदि तो समाज की कुरीतियाँ भी दूर होंदियाँ, समाज उन्हें सीखता भी है, और सीखने के बाद फिर अपने आप की उस प्रकार ढाल ताकि कुरीतियाँ नहीं खड़िया हो। बहुत बहुत धन्यवाद तुम्हारा कि साढ़े ने गलबात करने और खासकर मातृ बोली डोगरी उपर अपने विचार रखने। देखो मातृ बोली तो मैं शुरुआत शायद तुम्हें पता, मैं राज्यसभा का सदस्य जल्द चुनिया गया जाते गए उस जी ले मैं डोगरी ले ही इस खातर मां बोली गई कने जिन्ना हमदर्दी में रखना, सोचना, विचार करना, मेरे खासकर उत्थे भाषण भी बड़े सारे डोगरी च होए दे तो और मैं तो डोगरी लिए बन रहा, मैं स्पैशल अपना ट्रांसलेटर उत्थे आखे दा होने कि मैं जिसले बोलूँ मेरे हाथ ट्रांसलेटर मस्ट है कि बाकी आई जगह हो नहीं हो। इन्हें चार पांच लोग चाहिए जल्द इको सिस्टम पूरा इन्हें इसकी कोशिश करने हैं।
ये बहुत जरूरी है क्योंकि जिहड़ी साड़ी लोकल वॉइसिस हैं वुमेन दे जिहड़े पा हैं वो डिफरेंट होंदे हैं एज कंपेयर टू मेल ऑथर्स ते उसका जिहड़ी ग्लोबल लैंग्वेज इंग्लिश लैंग्वेज उस दे च इनका ट्रांसलेशन बड़ा जरूरी है ताकि पूरा वर्ल्ड जिहड़ा है ऑनलाइन के माध्यम दे इसी पढ़ी सके ते ये बहुत अच्छी कवित्री हैं ते जिहड़े 40+ दी जिहड़ी वुमेन हैं उन्हें के ट्रांजिशनल फेज दिखाया साड़ी कंट्री च पर्टिकुलरली डुग्गर प्रदेश च ओ पूरा इंदी कविता च रिफ्लेक्ट होंदा डॉक्टर सुषमा और जेडे ने लोकल लोकें ही सुना दे कि के फोक है तो बाहरली दुनिया सुना दे ट्रांसलेशन अंग्रेजी करिए कि नहीं ये किश जेड़ा डुग्गर प्रदेश च बिल्कुल जेड़ी सेवा ये डोगरी दी करा करदे ने मैं वो बड़ी भाषा च ओदा ट्रांसलेट करिए ताकि सारे लोग तो डोगरी जानते नहीं पर जिसले भी ये डोगरी रिप्रजेंट करो बाहर जाइए बाहर दी कॉन्फ्रेंस च तो लोग बड़ा इसी एप्रीशिएट करते तो बड़ा पसंद करते हैं तो मैं तुसें दसना चाहंग कि कई सारी मेरी ट्रांसलेशन जी बाहर गई अज सिक्किम की एक कुड़ी ज स्कॉलर जी है वो इंदे उपर गोजरी वुमेन पोएट्स एंड डोगरी वुमेन पोएट्स की जी इंग्लिश ट्रांसलेशन है वो उपर वो PhD करा करती है मतलब शी हैज़ कलैक्टेड द ट्रांसलेशन ऑफ वुमेन फ्रॉम डिफरेंट एरियाज डिफरेंट स्टेट्स तो उसी गोजरी तो डोगरी च नहीं लभा दी ही तो मैं उसी इधर का वो प्रोवाइड की तो तुम समझी सकते हो कि राइटिंग करने रिसर्च करने कियां एक भाषा का विकास होंदा है लोग बोलते भी नहीं हैं तो बाहरले लोग रिसर्च भी करा दे बिल्कुल बिल्कुल पर उन जड़ा है समा बदला करता है NEP 2020 भी तुम जानते हो कि लोकल भाषा उपर जोर दया करती है तो इन्हें बचाने की सख्त लोड़ है तो साढ़े जेडे राइटर हैं इन्हें मुहिम चुकी दी है तो अस भी इन कन्ने कन्ने जेडे इनकी एज अ रिसर्चर एज अ ट्रांसलेटर इनकी सपोर्ट करा करने हैं डोगरी उपर चेचे तौर उपर काम करने वाले मोहन सिंह और अज मेरे कन्ने के शाह दिन अज जेड़े किताब दा विमोचन होया उस मौके उपर हालांकि डोगरी दा एक मुकाम भी है और उपर भी गलबात करके सारे कोला किताब उपर जानना चाहां कि किन्ना जरूरी है किताब लिखना पढ़ना मैं तुसें सुना दा भी है तो आखा लिखना तो जरूरी है पढ़ाना भी जरूरी है और लाइब्रेरी च पजाना भी जरूरी है देखो पहली गल तो यह है कि कुसा भी भाषा च कुसा भी कौम च कुसा लेखक दा होना अपने आप च एक बड़ी सलखनी गल हुंदी है अस फख्र महसूस करने जिसलै अंग्रेजी की गल चलती है तो शेक्सपीयर का नाम आता है जेकर शेक्सपीयर अंग्रेजी च नहीं होंदा तो शायद अज अंग्रेजी की वह स्थिति नहीं होंदी जिहड़ी अज है इ'यां गै छड़ा शेक्सपीयर नहीं और किन्ने गै लोक आए जिन्हें भाषा आस्तै और उस इलाके आस्तै काम किया और एक गल होर मैं तुसें आखना चाहना कि बड़े लोग इस गल गी आखदे न कि बड़ी सिद्धियां गल्लां करदे तुस 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 कुसा गी भी पुछी लो तो शेक्सपीयर का नाँ जां होर जिहड़े लेखक होए न उनका नाँ तो लोग जानते हैं पर क्या उस पीरियड के किहड़े किहड़े राजे होए न कुसा ही पता नहीं लगता कुसा ही नहीं पता कि शेक्सपीयर जदों होए न उस वेले यूरोप च किहड़े किहड़े राजे हे कुसा ही कोई पता नहीं है पर शेक्सपीयर का पता सारे की उन्होंने तक तुलसीदास का पता क्योंकि तुलसीदास की कंट्रोवर्सी जागी तो इस करिए भी पता भी हाँ जिस पहले बाबर है मुगलों का रहा कबीर होए कबीर चेता नहीं कबीर के वेले कि उसले सुल्तान हा ਕਿਹੜਾ ਰਾਜਾ ਹਾ ਸ਼ਾਇਦ ਸਾਡੇ ਮਾਇੰਡ 'ਚ ਨਹੀਂ ਹੋਇਆ ਇਸ ਕਰੀਏ ਲੇਖਕਾਂ ਦਾ ਹੁਣ ਮੈਂ ਆਪਣੇ ਮੂੰਹੋਂ ਇਕੜੀ ਗੱਲ ਆਖਾਂ ਅੱਛਾ ਨਹੀਂ ਲੱਗਦਾ ਪਰ ਲੇਖਕਾਂ ਦਾ ਯੋਗਦਾਨ ਮੈਂ ਤੁਹਾਨੂੰ ਸਿੱਧੀ ਗੱਲ ਕਰਦਾ ਕੁਸਾ ਦੇ ਵੀ ਕੌਮ ਦੇ ਵਿਕਾਸ ਵਾਸਤੇ ਲੇਖਕਾਂ ਦਾ ਬੜਾ ਯੋਗਦਾਨ ਆਉਂਦਾ ਕਿਉਂਕਿ ਉਹ ਕੁਸਾ ਕੋਲ ਵੀ ਬਗੈਰ ਡਰੇ ਸਾਫ ਔਰ ਸੱਚੀ ਗੱਲ ਆਖਦਾ ਔਰ ਜਿਹੜਾ ਸਾਫ ਅਤੇ ਸੱਚੀ ਗੱਲ ਆਖਦਾ ਉਹੈ ਆਖਰ ਤੱਕ ਚੇਤਾ ਵੀ ਰਹਿੰਦਾ ਔਰ ਉਹੇ ਲੇਖਕ ਹੁੰਦਾ ਸੀ ਸਾਫ ਸਾਫ ਸੱਚੀ ਗੱਲ ਚੱਲੇ ਡੋਗਰੀ 'ਚ ਗੱਲਬਾਤ ਕਰਾ ਦਿਆਂ ਕਿਤਾਬ ਵੀ ਡੋਗਰੀ ਦਾ ਵਿਮੋਚਨ ਹੋਇਆ ਡੋਗਰੀ ਪਰ ਬੜਾ ਜ਼ੋਰ ਲੱਗਾ ਹੁਣ ਚਰਚਾ ਚੱਲਣਾ ਹੀ ਵਧੀਆ ਲੇਕਿਨ ਉਹ ਮੁਕਾਮ ਨਹੀਂ ਪੁੱਜਾ ਦਾ ਜਿਹੜਾ ਪੁੱਜਣਾ ਚਾਹੀਦਾ ਤੁਸ ਵੀ ਇੱਥੇ ਬੋਲਾਂ ਤਾਂ ਮੈਂ ਸੁਣਾ ਦਾ ਕੁਦਾ ਨਾ ਕੁਦਾ ਮਨਾਂ 'ਚ ਵੀ ਹੈ ਕਿ ਕੱਲ੍ਹ ਨਹੀਂ ਪੁੱਜਾ ਦਾ ਕਿ ਇੱਕ ਦੋ ਸਟੈਪ ਦੀ ਜ਼ਰੂਰਤ ਹੈ ਜਾਂ ਕਿਉਂ ਪਿੱਛੇ ਰਵਾ ਦਿਆਂ ਦੇਖੋ ਇਹ ਗੱਲ ਜਿਹੜੀ ਹੈ ਅੱਜ ਜ਼ੋਰ ਲੱਗਾ ਕਰਦਾ ਹੈ ਠੀਕ ਹੈ ਅੱਜ ਕੋਲ ਜਿਸ ਵੇਲੇ ਅਸ ਜੇਕਰ ਕੋਈ 30-40 ਸਾਲ ਪਿੱਛੇ ਚਲੀ ਅੱਜ ਹੈ ਜਿਸ ਵੇਲੇ ਅਸ ਲੋਕੇ ਹੈ ਜਿਹੀਆਂ ਬਜ਼ਾਰੇ ਫਿਰਨੇ ਵਾਲੇ ਜਾਂ ਇਹਾਂ ਗਏ ਅਤੇ ਉਸ ਵੇਲੇ ਇਸ ਚਾਲੀ ਦੀ ਸਮੱਸਿਆ ਕੋਈ ਨਹੀਂ ਕੋਈ ਆਦਮੀ ਕੁਸਾ ਕਿ ਇਹ ਨਾ ਆਖਣੇ ਪਾਉਂਦਾ ਵੀ ਯਾਰ ਤੂੰ ਡੋਗਰੀ 'ਚ ਕਹਿਣ ਹੀ ਬੋਲਦਾ ਕਿਉਂਕਿ ਸਾਰੇ ਗੇ ਡੋਗਰੀ 'ਚ ਬੋਲਾ ਦੇ ਹੁੰਦੇ ਕੋਈ ਹੱਟੀ ਵਾਲਾ ਕੋਈ ਬੱਸਾਂ ਵਾਲਾ ਕੋਈ ਕਲਿੰਡਰ ਕੋਈ ਦੂਆ ਕੋਈ ਪੁਲਿਸ ਵਾਲਾ ਕੋਈ ਮਾਸਟਰ ਅਸੀਂ ਕੀ ਅੰਗਰੇਜ਼ੀ ਵੀ ਡੋਗਰੀ 'ਚ ਪੜ੍ਹਾਈ ਜਾਂਦੀ ਸੀ ਅੱਜ ਡੋਗਰੀ ਵੀ ਅੰਗਰੇਜ਼ੀ 'ਚ ਪੜ੍ਹਾਈ ਜਾ ਕਰਦੀ ਹੈ ਜਾਂ ਹਿੰਦੀ 'ਚ ਪੜ੍ਹਾਈ ਜਾ ਕਰਦੀ ਹੈ ਜਿਸ ਵੇਲੇ ਤਾਂ ਪ੍ਰੋਬਲਮ ਤਾਂ ਆਈ ਹੀ ਨਾ ਸਾਹਮਣੇ ਪ੍ਰੋਬਲਮ ਸਾਡੇ ਇਹ ਪਿਛਲੇ 10-20 ਸਾਲ ਦੀ ਸ਼ੁਰੂ ਹੋਈ ਦੀ ਔਰ ਸਾਡੇ ਘਰਾਂ 'ਚ ਆਈ ਇਹਦੀ ਉਹ ਪ੍ਰੋਬਲਮ ਬੜੀ ਜ਼ੋਰਦਾਰ ਤਰੀਕੇ ਕਰਨਾ ਇੱਕ ਦੋ ਸਟੈਪ ਦੀ ਜ਼ਰੂਰਤ ਹੈ ਬਾਹਰ ਨਿਕਲਣ ਦਾ ਸਾਰੇ ਕੋਲ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ
ਸਰਕਾਰਾਂ ਵੀ ਇਹਦੇ ਵਾਸਤੇ ਜ਼ਿੰਮੇਵਾਰ ਹੁੰਦੀਆਂ ਨੇ ਬਾਕਾਇਦਾ। ਸਰਕਾਰਾਂ ਨੇ ਲੈਤਾ ਡਿਸੀਜਨ, ਹੁਣ ਉਸ ਪੁਆਇੰਟ ਉੱਪਰ ਜਾ ਕੇ ਨਿਊ ਐਜੂਕੇਸ਼ਨ ਪਾਲਿਸੀ 'ਚ ਆਏ, ਨਿਊ ਐਜੂਕੇਸ਼ਨ ਪਾਲਿਸੀ 'ਚ ਆਏ ਆਫੀਸ਼ੀਅਲ ਲੈਂਗੁਏਜ। ਮੈਂ ਗੱਲ ਕਰਾਂ ਕਰਨਾ ਨਾ, ਸਰਕਾਰਾਂ ਵੀ ਇਸ ਵਾਸਤੇ ਜ਼ਿੰਮੇਵਾਰ ਹੁੰਦੀਆਂ ਨੇ, ਪਰ ਉਸ ਖਿੱਤੇ ਦੇ ਲੋਕ ਜਿਹਦੀ ਉਹ ਭਾਸ਼ਾ ਹੁੰਦੀ ਹੈ ਉਹ ਜ਼ਿਆਦਾ ਜ਼ਿੰਮੇਵਾਰ ਹੁੰਦੇ ਨੇ। ਜੇਕਰ ਅਸ ਬੜੀਆਂ ਰਹੀਆਂ ਐਸੀਆਂ ਭਾਸ਼ਾ ਨੇ ਜਿਹਨੇ ਕਿ ਸਰਕਾਰੀ ਮਾਨਤਾ ਬਿਲਕੁਲ ਨਹੀਂ ਹੈ, ਪਰ ਲੋਕ ਬੋਲਦੇ ਨੇ ਔਰ ਫਖਰ ਕਰਨਾ ਬੋਲਦੇ ਨੇ। ਅੱਜ ਤੁਸੀਂ ਪਤਾ ਭੋਜਪੁਰੀ ਸਾਡੇ ਹਿੰਦੁਸਤਾਨ ਦੀ ਗੱਲ ਭਾਸ਼ਾ ਨਾ, ਭੋਜਪੁਰੀ 8ਵੇਂ ਸ਼ਡਿਊਲ 'ਚ ਸ਼ਾਮਿਲ ਨਹੀਂ ਹੈ, ਬੜਾ ਜ਼ੋਰ ਲਾ ਕਰਦੇ ਨੇ ਨਹੀਂ ਹੋਈ ਸ਼ਾਮਿਲ, ਅਜੇ ਤੱਕ ਨਹੀਂ ਹੋਈ। ਪਰ ਉਸਦੇ 'ਚ ਫਿਲਮ ਇੰਡਸਟਰੀ ਇੰਨੀ ਜ਼ਿਆਦਾ ਹੈ, ਇੰਨੀ ਪ੍ਰਬਲ ਹੈ ਕਿ ਉਹ ਹਿੰਦੀ ਸਿਨੇਮਾ ਕੀ ਮਾਤ ਦਿੰਦੇ। ਚਲੋ ਭੋਜਪੁਰੀ ਵੀ ਨਹੀਂ ਗੱਲ ਕਰਦੇ, ਕੱਲ੍ਹ ਉਹ ਆਖਾਂਗੇ ਸਾਡੇ ਖਿਲਾਫ਼ ਗੱਲ ਕਰਾਏ, ਖਿਲਾਫ਼ ਨਹੀਂ ਅਸੁਣਦੇ ਹੱਕ 'ਚ ਗੱਲ ਕਰਾ ਕਰਨੇ ਆ, ਲੇਕਿਨ ਅਸੁਣਦੇ ਆਪੂਗੇ ਜ਼ਰੂਰ ਉਹ ਕਿੰਨੇ ਅੱਛੇ ਢੰਗਾਂ ਕਰਨਾ ਉਹਨੇ ਸਾਂਭੀਏ ਰੱਖੇ ਦੀ ਗੱਲ, ਅਸ ਉਹਦੇ ਖਿਲਾਫ਼ ਨਹੀਂ, ਅਸ ਉਹਦੀ ਦਾਤ ਦਿਆ ਕਰਨੇ ਆ ਕਿ ਉਹ ਹਿੰਦੀ ਸਿਨੇਮਾ ਕੀ ਟੱਕਰ ਦਿੰਦੇ ਨੇ ਔਰ ਅੱਜ ਵੀ ਲੜਾ ਕਰਦੇ ਨੇ, ਸਾਰੀਆਂ ਗੱਲਾਂ ਕਰਾ ਕਰਦੇ ਨੇ। ਬੜੀ ਛੋਟੀ ਜਿਹੀ ਭਾਸ਼ਾ ਹੈ ਬੋੜੋ, ਸਾਡੇ ਕੰਨੇ ਗਏ ਜਿਸਲੇ ਆਪਣੇ ਵਾਲੀ ਉੱਪਰ ਆਉਣਾ, ਆਪਣੇ ਉੱਪਰ ਆਉਣਾ, ਲੋਕਾਂ ਦੀ ਗੱਲ ਕਰਾਉਣਾ, ਮੈਂ ਸਿਰਫ ਲੋਕਾਂ ਦੀ ਗੱਲ ਕਰਾਂ। 112 ਕਾਲਜ ਐਸੇ ਨੇ ਜਿੱਥੇ ਮੀਡੀਅਮ ਆਫ ਇੰਸਟਰਕਸ਼ਨ ਬੋੜੋ ਹੈ, ਮੀਡੀਅਮ ਆਫ ਲੋਕ ਬੜੇ ਸਟਰੋਂਗ ਨੇ। ਮੈਂ ਇਹ ਤਾਂ ਆਖਾਂ ਕਰਨਾ ਕਿ ਡੋਗਰੇ ਸਟਰੋਂਗ ਕੀ ਨਹੀਂ ਹਨ, ਡੋਗਰੇ 'ਚ ਇੱਕ ਦਿੱਕਤ ਹੈ, ਅਸੀਂ ਹੁਣਾਂ ਤੱਕਰ ਜਿੰਨੀਆਂ ਲੜਾਈਆਂ ਲੜੀਆਂ ਦੂਜੇ ਵਾਸਤੇ ਲੜੀਆਂ, ਜਿਹੜੇ ਆਪਣੇ ਵਾਸਤੇ ਲੜਾਈ ਲੜਨ ਦੀ ਵਾਰੀ ਆਉਂਦੀ ਹਨ, ਛੋੜ ਯਾਰ ਆ ਕੇ ਇੰਨੇ ਤਾਂ ਨਹੀਂ ਹੁਣ ਆਪਣੇ ਘਰ ਦੂਆ ਨਹੀਂ ਬੈਠੀ ਉਹ ਨਹੀਂ ਬਦਲਦੇ ਆਦੇ, ਇਹ ਵੀ ਕਾਰਨ ਹੈ, ਬਿਲਕੁਲ ਹੈ, ਬਿਲਕੁਲ ਹੈ, ਕਿਉਂਕਿ ਇਹ ਕਾਰਨ ਉਹ ਨਹੀਂ ਹਨ, ਕਾਰਨ ਅਸਾਂ, ਕਿਉਂਕਿ ਅਸੀਂ ਉਹਨੇਗੀ ਝੱਲਿਆ ਕਿ ਨਹੀਂ, ਬਰਦਾਸ਼ਤ ਵੀ ਕੀਤਾ ਔਰ ਫਿਰ ਕੰਨੇ ਸਮਝੌਤਾ ਕਰ ਲਿਆ, ਛੋੜੋ ਯਾਰ ਅਸੀਂ ਕੀ ਕਰਨਾ। ਇਹ ਕਿਹੜੀਆਂ ਗੱਲਾਂ ਜਿਸ ਵੇਲੇ ਹੋਣ ਮਹਾਰਾਸ਼ਟਰ 'ਚ, ਜੇਕਰ ਮਰਾਠੀ ਬਚੀ ਦੀ ਹੈ ਤਾਂ ਉਹਨੇ ਲੋਕਾਂ ਦੀ ਵਜ੍ਹਾ ਕਰਨਾ ਬਚੀ ਦੀ ਹੈ ਜਿਹੜੇ ਲੋਕਲ ਨੇ, ਅਸ ਜੇਕਰ ਡੋਗਰੀ ਨਹੀਂ ਬਚਾਈ ਸਕਾ ਕਰਦੇ ਤਾਂ ਸਾਡੀ ਨਲਾਇਕੀ ਹੈ। ਮੈਂ ਇਹ ਆਖਾ ਕਰਨਾ, ਮੈਂ ਕੋਹਾ ਦੇ ਸੁਨੇਹਾ ਕੇ ਦੇਖੀਏ ਵਿਊਰ ਸੀ, ਹਾਂ ਬਿਲਕੁਲ ਦੋ ਲਾਈਨ 'ਚ, ਕਿਉਂਕਿ ਤੁਸੀਂ ਬਾਕੀ ਭਾਸ਼ਾ ਆਉਣਗੀਆਂ ਨਾ, ਫਿਰ ਉਹਨੇ ਆਖਣਾ ਸਾਨੂੰ ਕਹਿੰਦੇ ਵਿੱਚ ਖਿੱਚਿਆ ਦਿਓ, ਉਹ ਨਹੀਂ ਅਸ ਜਾਂਦੇ ਕਿ ਉਹਨੇ ਸਾਈ ਕੀ ਕ੍ਰਿਟੀਸਾਈਜ਼ ਨਹੀਂ ਕਰਾ ਦੇ। ਅਸ ਮੈਂ ਸਾਰਿਆਂ ਦੀ ਸਾਰੀਆਂ ਭਾਸ਼ਾ ਦੀ ਕਦਰ ਕਰਦੇ ਹੋਏ ਛੜਾ ਆਪਣੇ ਲੋਕਾਂ ਕੀ ਆਖਣਾ ਚਾਹੁੰਦੇ ਹਾਂ ਕਿ ਆਪਣੇ ਆਪ ਉੱਪਰ ਵੀ ਫਖਰ ਕਰੋ, ਆਪਣੀ ਧਰਤੀ ਪਰ ਫਖਰ ਕਰੋ, ਆਪਣੀ ਭਾਸ਼ਾ ਪਰ ਫਖਰ ਕਰੋ। ਜਿਹੜੇ ਸਾਡੀ ਬਾਬ ਦਾਦੇ ਬੋਲਦੇ ਹੈ ਉਹ ਸਾਡੇ ਬਾਬਾ ਦਾਦੇ ਮੂਰਖ ਨੇ ਇਹ ਜਿਹੜੇ ਡੋਗਰੀ ਬੋਲਦੇ ਹੈ, ਉਹਨੇ ਡੋਗਰੀ ਬੋਲੀ ਹੈ ਕਿ ਸਾਰਾ ਕੁਛ ਕੀਤਾ ਹੈ। ਜੇਕਰ ਜ਼ੋਰਾਵਰ ਸਿੰਘ ਨੇ ਅੱਜ ਚੀਨ ਕੰਨੇ ਬੰਨੇ ਰਲਾਇਣ ਤਾਂ ਉਹ ਡੋਗਰੀ ਗੇ ਬੋਲਦਾ ਹਾਂ, ਝੰਡਾ ਵੀ ਜਿੱਤੇ ਹੋਵਾਂ ਝੰਡਾ ਵੀ ਬੋਲਦੇ ਡੋਗਰੀ ਹੈ ਉਹ, ਸਾਡੇ ਉਹਨਾਂ ਤੱਕ ਅਸੀਂ ਦੇਖੇ ਸਾਰੇ ਦੇ ਸਾਰੇ ਇਹ ਡੋਗਰੇ ਹੈ, ਅਸ ਡੋਗਰੇ ਰਹੋਗੇ ਕਈਆਂ ਜੇਕਰ ਡੋਗਰੀ ਨਹੀਂ ਹੋਊਗੇ ਤਾਂ। ਡੋਗਰੀ ਵਧਾਉਣੇ ਤਾਂ ਜਿਹੜੇ ਅਲੱਗ ਅਲੱਗ ਸਟੈਪ ਲਈ ਯਾਦ ਨੇ, ਜਿਹਦੇ 'ਚ ਕਿਤਾਬ ਦਾ ਵਿਮੋਚਨ ਹੋਣਾ, ਕਿਤਾਬ ਲਿਖਾਉਣਾ ਔਰ ਉਹਦੇ ਬਾਅਦ ਉਹਦੇ ਉੱਪਰ ਪ੍ਰੋਗਰਾਮ ਹੋਣਾ ਵੀ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਹੈ। ਹਾਲਾਂਕਿ ਸਰਕਾਰ ਨੇ ਵੀ ਮਾਤਰ ਬੋਲੀ ਚਾਹੇ ਉਹ ਕਸ਼ਮੀਰੀ ਹੋਇਆ, ਡੋਗਰੀ ਹੋਇਆ ਜਾਂ ਹੋਰ ਕੋਈ ਹੋਇਆ, ਉਸ ਵੀ ਵਧਾਉਣੇ ਤਾਂ ਨਿਊ ਐਜੂਕੇਸ਼ਨ ਪਾਲਿਸੀ, ਨਵੀਂ ਐਜੂਕੇਸ਼ਨ ਪਾਲਿਸੀ ਲਾਂਚ ਕੀਤੀ 2020 ਔਰ ਉਹਦੇ ਕੰਨੇ ਕੰਨੇ ਜੰਮੂ ਕਸ਼ਮੀਰ ਦੀ ਖਾਲ ਕਰਾਂ ਖਾਸ ਤੌਰ ਉੱਪਰ, ਅਤੇ ਜੰਮੂ ਕਸ਼ਮੀਰ 'ਚ ਜਿਹੜੀ ਹੈ ਆਫੀਸ਼ੀਅਲ ਲੈਂਗੁਏਜ ਭਾਸ਼ਾ ਜਿਹੜੀ ਹੈ ਉਹਦੇ 'ਚ ਡੋਗਰੀ ਇੱਕ ਸਥਾਨ ਦਿੱਤਾ। ਲੇਕਿਨ ਫਿਰ ਵੀ ਕੀ ਗੱਲ ਹੈ ਕਿ ਚਰਚਾ 'ਚ ਇਹ ਆਉਂਦਾ ਕਿ ਇਹ ਸਾਰੇ ਜਿਹੜੀ ਚੀਜ਼ਾਂ ਨੇ ਕਾਗਜ਼ੀ ਆਰਡਰ ਇੰਪਲੀਮੈਂਟ ਨਹੀਂ ਹੋਏ ਗਰਾਊਂਡ ਉੱਪਰ, ਜਿਸ ਲਈ ਸਾਰਿਆਂ ਨੇ ਗੱਲਬਾਤ ਕਰਾਂ ਇਹ ਚੀਜ਼ ਸਾਹਮਣੇ ਆਈ ਔਰ ਦਫ਼ਤਰਾਂ 'ਚ ਦੂਰ ਦੀ ਗੱਲ ਹੈ, ਲੋਕ ਘਰੇ 'ਚ ਵੀ ਜਿਹੜੀ ਹੈ ਡੋਗਰੀ ਨਹੀਂ ਬੋਲਦੇ ਹਨ, ਇੱਕ ਜਿਹੜਾ ਅੱਜ ਦੀ ਡੇਟ 'ਚ ਚਿੰਤਾ ਦਾ ਔਰ ਚਰਚਾ ਦਾ ਵਿਸ਼ਾ ਹੈ। ਤੁਹਾਡਾ ਕੀ ਐਕਸਪੀਰੀਅੰਸ ਹੈ ਕਿ ਇਹ ਜਿਹੜੇ ਆਰਡਰ ਹੋਏ ਨੇ ਸਿਰਫ ਕਿ ਕਾਗਜ਼ੀ ਆਰਡਰ ਨੇ ਜਾਂ ਇਹ ਇੰਪਲੀਮੈਂਟ ਵੀ ਹੋਏ ਨੇ ਗਰਾਊਂਡ ਉੱਪਰ, ਤੁਸੀਂ ਲੱਭਦੇ ਵੀ ਹਨ, ਆਪਣਾ ਐਕਸਪੀਰੀਅੰਸ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਕਮੈਂਟ ਸੈਕਸ਼ਨ 'ਚ ਕਮੈਂਟ ਕਰੀਏ ਔਰ ਇਸ ਵੀਡੀਓ ਹੀ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਓ, ਸ਼ੇਅਰ ਕਰਿਓ। ਅਗਲੀ ਅਪਡੇਟ ਤਾਂ ਜੁੜ ਰਹੋ ਗੁੜਚਮ ਵਰਚੁਅਲ ਕਰਨਾ, ਕੈਮਰਨ ਰਾਕੇਸ਼ ਕੋਹਲੀ ਕਰਨਾ, ਮੈਂ ਪੰਕਜ ਖਜੂਰੀਆ, ਜੈ ਹਿੰਦ।